ਇਮੀਗ੍ਰੇਸ਼ਨ ਗਰੁੱਪ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ ਹਮੇਸ਼ਾ ਦੀ ਤਰ੍ਹਾਂ ਅੱਜ ਮੇਰੇ ਨਾਲ ਸਟੂਡੀਓ ਵਿੱਚ ਫਿਰ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੋ ਦਿੱਤਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ ਤਾਂ ਕੀ ਜਿਹੜੀਆਂ ਉਹ ਟਿਪਸ ਆਪਣੇ ਵੱਲੋਂ ਅੱਜ ਲੈ ਕੇ ਆਏ ਨੇ ਆ ਮਨੋਜੀ ਜੀ ਤੁਹਾਡਾ ਸਵਾਗਤ ਹੈ ਜੀ। ਸਿਮਰਤ ਜੀ थैंक यू वेरी मच। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵੀਵਰਸ ਨੂੰ ICC ਇਮੀਗ੍ਰੇਸ਼ਨ ਇਸ ਮੁੱਚੀ ਟੀਮ ਵੱਲੋਂ ਐਮਡੀ ਮਨੂ ਗੋਤਾ ਐਂਡ ਆਡੀ ਰਿਪੋਰਟ ਲੋਬਲੋਂ ਸਸ਼ਵਿਕਾਲ, ਨਮਸਕਾਰ, ਆਦਾਬ ਐਂਡ थैंक यू वेरी मच फॉर ਹੈਵਿੰਗ ਅ ਸੋਨੀਅਰ ਸਿਮਰਤ ਜੀ। ਆ थैंक यू ਮਨੂ ਜੀ ਤੁਸੀਂ ਹਰ ਵੀ ਕਾ ਕੇ ਆਪਣੀਆਂ ਬੜੀ ਮੁੱਲੀ ਜਾਣਕਾਰੀ ਦਿੰਦੇ ਹੋ ਸਰੋਤਿਆਂ ਆ ਦਰਸ਼ਕਾਂ ਦੇ ਨਾਲ। ਅੱਛਾ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਲਈ ਲੋਟਰੀ ਸਿਸਟਮ ਦੇ ਵਿੱਚ ਜਿਹੜੀਆਂ ਹਰ ਸਾਲ ਕੱਢੀਆਂ ਜਾਂਦੀਆਂ ਨੇ ਐਪਲੀਕੇਸ਼ਨਸ ਤੇ ਉਹਦੇ ਬਾਰੇ ਦਰਸ਼ਕਾਂ ਦੇ ਨਾਲ ਜ਼ਰੂਰ ਸ ਅਨ ਨਵੇਂ ਐਪਲੀਕੇਸ਼ਨ ਨਹੀਂ ਲਿੱਤੀਆਂ ਜਾ ਰਹੀਆਂ ਸੋ ਜਿਹੜੇ ਦੋਸਤਾਂ ਨੇ 2020 ਦੇ ਵਿੱਚ 2120 ਦੇ ਵਿੱਚ ਆਪਣੀ ਪ੍ਰੋਫਾਈਲਸ ਕ੍ਰੀਏਟ ਕੀਤੀਆਂ ਸੀ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕੀਤਾ ਸੀਗਾ ਉਹਨਾਂ ਐਪਲੀਕੇਸ਼ਨਸ ਦੇ ਵਿੱਚੋਂ ਹੀ ਐਪਲੀਕੇਸ਼ਨਸ ਪਿਕ ਕੀਤੀਆਂ ਜਾ ਰਹੀਆਂ ਸੋ 2020 ਦੇ ਵਿੱਚ ਵੀ ਉਹਨਾਂ ਦੇ ਐਪਲੀਕੇਸ਼ਨਸ ਦੇ ਵਿੱਚੋਂ ਲਿੱਤੀਆਂ ਗਈਆਂ 2021 ਦੇ ਵਿੱਚ ਵੀ 2022 ਦੇ ਵਿੱਚ ਵੀ ਹੁਣ 2023 ਦੇ ਵਿੱਚ ਵੀ ਉਸੇ ਪੂਲ ਦੇ ਵਿੱਚੋਂ ਐਪਲੀਕੇਸ਼ਨਸ ਪਿਕ ਕੀਤੀਆਂ ਜਾ ਰਹੀਆਂ ਸੋ ਇਹਦੇ ਵਿੱਚ ਇੱਕੋ ਹੈਗਾ ਕਿ ਇਸ ਸਾਲ ਜਿਹੜੀਆਂ ਐਪਲੀਕੇਸ਼ਨ ਲਗੀਆਂ 24200 ਐਪਲੀਕੇਸ਼ਨਸ ਪਿਕ ਹੋਣ ਜਾ ਰਹੀਆਂ ਸਨ ਸੋ 24200 ਐਪਲੀਕੇਸ਼ਨਸ ਦਾ ਮਤਲਬ ਹੈਗਾ ਕਿ 24200 ਲੱਕੀ ਐਪਲੀਕੈਂਟਸ ਹੈਗੇ ਨੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਸਪான்ਸਰ ਕੀਤਾ ਸੀਗਾ ਸੋ ਔਰਵਾਰਾਂ ਦੀ ਲੋਟਰੀ ਸ਼ੁਰੂ ਹੋ ਚੁੱਕੀ ਹੈ ਸੋ 10th ਅਕਤੂਬਰ ਤੋਂ ਸ਼ੁਰੂ ਹੋ ਗਿਆ ਜੀ ਇਨਵਾਈਟਸ ਆਣੇ ਸੋ ਆ 23 ਅਕਤੂਬਰ ਤੱਕ ਇਨਵਾਈਟਸ ਜਾਣੇ ਨੇ ਸਮਰਤ ਜੀ ਸੋ ਆ 13 ਦਿਨਾਂ ਦੇ ਵਿੱਚ ਜਿੰਨੇ ਵੀ ਐਪਲੀਕੈਂਟਸ ਨੇ ਐਪਲੀਕੇਸ਼ਨ ਪੁਟ ਅਪ ਕੀਤੀ ਸੀ ਐਕਸਪ੍ਰੈਸ਼ਨ ਆਫ ਇੰਟਰਸਟ ਪੁਟ ਅਪ ਕੀਤਾ ਸੀਗਾ ਆਪਣੀ ਈਮੇਲਸ ਨੂੰ ਗੌਰ ਨਾਲ ਦੇਖਿਆ ਜੇ ਕਿਤੇ ਇਸ ਤਰ੍ਹਾਂ ਨਾ ਹੋਵੇ ਤੁਸੀਂ ਲੱਕੀ They old... ਕਿਤੇ ਈਮੇਲ ਨਾ ਮਿਸ ਹੋ ਜਾਵੇ ਤੁਹਾਡੇ ਤੋਂ ਬਿਕੋਜ਼ ਤੁਹਾਡੇ ਕੋਲ 90 ਡੇਜ਼ ਦਾ ਟਾਈਮ ਹੈਗਾ ਹੈ डिसेंबर ਦੇ ਐਂਡ ਤੱਕ ਦਾ ਟਾਈਮ ਹੈਗਾ ਹੈ 60 ਡੇਜ਼ ਦਾ ਵੀ ਟਾਈਮ ਹੋ ਸਕਦਾ ਹੈ ਤੇ ਆਪਣੀ ਐਪਲੀਕੇਸ਼ਨ ਨੂੰ ਸਾਰੀ ਸਬਮਿਟ ਕਰਨ ਵਾਸਤੇ ਸੋ ਮੇਕ ਸ਼ੋਰ ਕਿ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਵਾਚ ਕਰੋ ਐਂਡ 21 22 23 ਦੀ ਇਨਕਮ ਦੀ ਰਿਕੁਆਇਰਮੈਂਟਸ ਆ ਰਹੀਆਂ ਸਮਝ ਜੀ 2021 2022 ਦੀਆਂ ਸੋ ਐਂਡ ਗਵਰਨਮੈਂਟ ਨੇ 2022 2020 ਐਂਡ 2021 ਦੀ ਜਿਹੜੀਆਂ ਇਨਕਮ ਲਾਈਕੋ ਜਿਹੜੀਆਂ ਮੀਟ ਪਲੱਸ 30% ਕਰਨੀ ਸਗੀ ਉਹ ਵੀ ਘਟਾਤੀਆਂ ਹੈਗੀਆਂ 82000 ਤੋਂ 61000 62000 ਦੀ ਲੋਡ ਹੈਗੀ 2021 ਤੋਂ 2022 ਬਿਕੋਜ਼ ਕੋਵਿਡ ਦੇ ਟਾਈਮ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਉਹ ਵੀ ਕਨਸਿਡਰ ਕੀਤਾ ਆ ਸੋ ਤੁਹਾਡੇ ਕੋਲ ਨੋਟਿਸ ਆਫ ਅਸੈਸਮੈਂਟ ਬਿਲਕੁਲ ਤਿਆਰ ਹੋਣੇ ਚਾਹੀਦੇ ਨੇ ਜੇ ਤੁਹਾਡੇ ਕੋਲ ਨੋਟਿਸ ਆਫ ਅਸੈਸਮੈਂਟ ਤਿਆਰ ਨਹੀਂ ਹੈਗੇ ਤੇ ਰਾਈਟ ਨਾਓ ਮੇਕ ਸ਼ੋਰ ਕਿ ਤੁਸੀਂ ਉਹਦੇ ਤੇ ਛੇਤੀ ਤੋਂ ਛੇਤੀ ਕੰਮ ਕਰ ਸਕੋ ਐਂਡ ਜੇ ਤੁਸੀਂ ਆਪਣੇ ਆਪ ਵੀ ਲਗਾਈ ਸਗੀ ਗ੍ਰੇਡ ਜੇ ਕਿਸੇ ਕੰਸਲਟੈਂਟ ਤੋਂ ਲਗਾਈ ਸਗੀ ਤਾਂ ਵੀ ਗ੍ਰੇਡ ਉਹਨਾਂ ਨੂੰ ਫਾਲੋਅ ਅਪ ਜ਼ਰੂਰ ਰੱਖੋ ਜੇ ਆਪਣੇ ਆਪ ਵੀ ਲਗਾਈ ਸਗੀ ਮੇਕ ਸ਼ੋਰ ਕਿ ਹੁਣ ਕਿਸੇ ਗਲਤੀ ਨਾ ਹੋ ਜਵੇ ਸੋ ਹੁਣ ਕਿਸੇ ਕਨਸਲਟੈਂਟ ਲਾਓ ਦੀ ਜੇ ਤੁਹਾਨੂੰ ਹੈਲਪ ਦੀ ਲੋੜ ਹੈਗੀ ਹੈ ਤੇ ਮੇਕ ਸ਼ੋਰ ਯੂ ਟੇਕ 댓 ਨਾਓ ਕਿਤੇ ਉਹ ਚਾਂਸ ਨਾ ਨਿਕਲ ਜਾਵੇ ਤੁਹਾਡਾ ਮੇਰੇ ਖਿਆਲ ਮਨੋ ਜੀ ਚਾਹੀਦਾ ਹੀ ਹੈ ਵੀ ਕਿਸੇ ਜਿਹੜੇ ਮਾਹਰ ਤੋਂ ਆਪਣੀ ਐਪਲੀਕੇਸ਼ਨ ਅਲਵਾਈ ਜਾਵੇ ਕਿਉਂਕਿ ਇਹ ਬੜਾ ਹਰ ਰੋਜ਼ ਐਪਲੀਕੈਂਟ ਲਈ ਬੜਾ ਅਹਿਮ ਹੁੰਦਾ ਜੇ ਕਿਤੇ ਵੀ ਕੋਈ ਇਕਤਾਹੀ ਹੋ ਗਈ ਕੋਈ 에ਰਰ ਆ ਗਿਆ ਤਾਂ ਬੜਾ ਡਿਲੇ ਹੋ ਜਾਂਦਾ ਉਹਦੇ ਵਿੱਚ ਸੋ ਮੇਰੀ ਤਾਂ ਇਹੀ ਜਿਹੜੀ ਸਲਾਹ ਹੈ ਵੀ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਵੀ ਜਿਹੜਾ ਮਾਹਰ ਉਹਦੇ ਤੋਂ ਆਪਣੀ 100% ਸਹਿਮਤ ਜੀ ਉਹ ਡੈਫੀਨਿਟਲੀ ਮੈਟਰ ਕਰਦਾ ਜਿਹੜਾ ਐਪਲੀਕੈਂਟ ਜਿਹੜਾ ਰੀਅਲਟਰ ਹੈਗਾ ਰੋਡ ਰੀਅਲ اسٹیਟ ਦੇਖਦਾ ਆ ਤੁਸੀਂ ਜਾ ਕੇ ਪ੍ਰਾਈਵੇਟ ਪ੍ਰਾਪਰਟੀ ਬਾਏ ਕਰਦੇ ਹੋ ਤਾਂ ਤੁਸੀਂ ਕਦੇ ਵੀ ਉਹ ਚੀਜ਼ਾਂ ਨੂੰ ਗੌਰ ਹੀ ਨਹੀਂ ਕਰ ਸਕਦੇ ਜਿਹੜਾ ਇੱਕ ਰੀਅਲਟਰ ਨੇ ਸਿਰਫ ਨਜ਼ਰ ਮਾਰ ਕੇ ਗੌਰ ਕਰ ਲੈਣਾ ਉਹਨੇ ਪਿਛਲੇ ਸਾਲ ਦੀਆਂ ਦਸਾਂ ਸਾਲਾਂ ਦੀਆਂ 20 ਸਾਲਾਂ ਦੀਆਂ 30 ਸਾਲਾਂ ਦੀ ਜਦੋਂ ਤੋਂ ਮਕਾਨ ਬਣਿਆ ਉਹਦੀ ਸਾਰੀ ਹਿਸਟਰੀ ਕਰ ਲੈਣੀ ਹੈ ਕੀ ਕੀ ਰੈਨੋਵੇਸ਼ਨਸ ਹੋਈਆਂ ਉਹਨੇ ਸਾਰਾ ਚੀਜ਼ਾਂ ਕਰ ਲੈ ਸੋ ਡੈਫੀਨਿਟਲੀ ਜਿਹੜਾ ਇੱਕ ਪ੍ਰ ਡੈਫੀਨਿਟਲੀ ਕੈਡ ਐਡ ਐਡਵਾਂਟੇਜ ਹੈਗਾ ਤੁਹਾਡੇ ਵਾਸਤੇ ਐਂਡ ਉਹ ਤੁਸੀਂ ਪ੍ਰੋਫੈਸ਼ਨਲ ਦੀ ਹੈਲਪ ਲਓਗੇ ਤੇ ਡੈਫੀਨਿਟਲੀ ਉਹ ਐਡ ਐਡਵਾਂਟੇਜ ਤੁਹਾਡੇ ਵਾਸਤੇ ਵੀ ਰਹੇਗਾ ਬਿਲਕੁਲ ਜੀ ਅੱਛਾ ਤੁਹਾਡੇ ਕੋਲ ਆਲਵੇਜ਼ ਜਿਹੜੀਆਂ ਜੌਬਸ ਅਵੇਲੇਬਲ ਹੁੰਦੀਆਂ ਨੇ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਕਾਫੀ ਜਿਹੜੀਆਂ ਕੈਟਾਗਰੀਜ਼ ਨੇ ਉਹਦੇ ਵਿੱਚ ਜੌਬਸ ਅਵੇਲੇਬਲ ਨੇ ਉਹਨਾਂ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਉਸ ਦਾ ਦਰਸ਼ਕਾ ਜ਼ਰੂਰ ਲਾ ਲੈ ਸਕਣ ਬਿਲਕੁਲ ਸਿਮਰਜੀ ਸਾਡੇ ਕੋਲ ਓਪਨਿੰਗ ਜਿਹੜੀਆਂ ਹੈਗੀਆਂ ਜੀਟੀਏ ਤੋਂ ਬਾਹਰ 온ਟਾਰੀਓ ਦੇ ਵਿੱਚ ਵੀ ਓਪਨਿੰਗਸ ਹੈਗੀਆਂ ਬਟ ਜੀਟੀਏ ਤੋਂ ਬਾਹਰ ਹੈਗੀਆਂ ਐਂ ਵੀ ওপਨਿੰਗਸ ਨਹੀਂ ਸੋ ਜੇ ਤੁਹਾਡੇ ਕੋਲ ਆਟੋ ਬੋਡੀ ਦਾ ਐਕਸਪੀਰੀਅੰਸ ਹੈਗਾ ਡੈਂਟਿੰਗ ਪੇਂਟਿੰਗ ਦਾ ਐਕਸਪੀਰੀਅੰਸ ਹੈ ਸਾਡੇ ਕੋਲ EMPLOER ਹੈਗੇ ਨੇ ਜਿਹੜੇ ਜਿਨਾਂ ਨੂੰ ਰਾਈਟ ਅਵੇ ਡੈਂਟਰ ਪੇਂਟਰਸ ਚਾਹੀਦੇ ਨੇ ਐਂਡ ਆਟੋ ਮੈਕੈਨਿਕਸ ਆਟੋ ਟੈਕਨੀਸ਼ੀਅਨਸ ਚਾਹੀਦੇ ਨੇ ਸੋ ਤੁਹਾਡੇ ਕੋਲ ਆਟੋ ਦੇ ਵਿੱਚ ਐਕਸਪੀਰੀਅੰਸ ਹੈਗਾ ਆ ਤਾਂ ਵੀ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਜੇ ਡੈਂਟਿੰਗ ਪੇਂਟਿੰਗ ਦਾ ਐਕਸਪੀਰੀਅੰਸ ਹੈ ਤਾਂ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਪੜ੍ਹਾਈ ਕੀਤੀ ਹੈ ਐਂਡ ਲੁਕਿੰਗ ਫਾਰ ਆਪਰਚੂਨਿਟੀਆਂ ਦੇ ਨਜ਼ਰ ਨਹੀਂ ਆ ਰਹੀਆਂ ਤੇ ਤਾਂ ਵੀ ਸਾਨੂੰ ਅਪਰੋਚ ਕਰੋ ਬਿਕਾ ਸਾਲ ਦੀਆਂ ਸੋ ਵੈਰੀ ਗੁੱਡ ਇਨਕਮ ਵੇ which is a very very hmm. very good income for somebody ਜਿਹੜਾ ਸਟਾਰਟ ਕਰ ਰਿਹਾ ਸੋ ਜੇ ਡੈਂਟਿੰਗ ਪੇਂਟਿੰਗ ਦਾ ਐਕਸਪੀਰੀਅੰਸ ਲੈ ਕੇ ਬੈਠੇ ਹੋ ਆਟੋ ਬਾਡੀ ਦਾ ਟੈਕਨੀਸ਼ੀਅਨ ਦਾ ਐਕਸਪੀਰੀਅੰਸ ਲੈ ਕੇ ਬੈਠੇ ਹੋ ਤਾਂ ਰਾਈਟ ਅਵੇ ਸਾਨੂੰ ਕੰਟੈਕਟ ਕਰ ਸਕਦੇ ਹੋ ਇਹਦੇ ਨਾਲ ਤਾਂ ਸਾਡੇ ਕੋਲ ওপਨਿੰਗਸ ਵੈਲਡਰਸ ਦੀਆਂ ਹੈਗੀਆਂ ਸ਼ੀਟ ਮੈਟਲ ਵਰਕਰਸ ਦੀਆਂ ਸਾਡੇ ਕੋਲ ওপਨਿੰਗਸ ਹੈਗੀਆਂ ਫੈਬ੍ਰିକੇਟਰਸ ਵੈਲਡਿੰਗ ਵੈਲਡਿੰਗ ਫੈਬ੍ਰିକੇਟਰਸ ਦੀਆਂ ওপਨਿੰਗਸ ਹੈਗੀਆਂ ਐਂਡ ਆਹ ওপਨਿੰਗਸ ਦੇ ਨਾਲ ਨਾਲ ਸਾਡੇ ਕੋਲ ওপਨਿੰਗਸ ਹੈਗੀਆਂ ਜੀ ਹਸਪਿਟੈਲਿਟੀ ਸੈਕਟਰ ਦੀਆਂ ਜੇ ਤੁਸੀਂ ਈਵਨ ਆ ਜਾਂ ਜੋਬ ਹੀ ਨਹੀਂ ਮਿਲ 파 ਰਹੀ ਤੇ ਸਾਡੇ এমਪਲੋయర్ ਤੁਹਾਨੂੰ ਜੋਬ ਵੀ ਦੇਣਗੇ ਐਂਡ ਪੀ ਐਨ ਪੀ ਦੇ ਵਿੱਚ ਐਲ ਐਮ ਆਈ ਹੈਲਪ ਵੀ ਕਰਨਗੇ ਐਂਡ ਜੇ ਐਲ ਐਮ ਆਈ ਦੀ ਲੋਡ ਪੈਂਦੀ ਹੈ ਐਲ ਐਮ ਆਈ ਦੇ ਵਿੱਚ ਵੀ ਹੈਲਪ ਕਰਨਗੇ ਸੋ ਓਨਲੀ ਥਿੰਗ ਇਜ਼ ਤੁਸੀਂ ਆਪਣਾ ਸੀ ਵੀ ਸਾਨੂੰ ਫਾਰਵਰਡ ਕਰ ਦਿਓ ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ ਇਫ ਇਟ ਗੋਸ ਥਰੂ ਗੋ ਐਂਡ ਵਰਕ ਫॉर देम ਐਂਡ ਪੀ ਐਨ ਪੀ ਦੇ ਵਿੱਚ ਕੁਆਲੀਫਾਈ ਹੋ ਸਕਦੇ ਹੋ ਤੁਸੀਂ ਪੀ ਆਰ ਵਿਦ ਫੈਮਿਲੀ ਮੇਰੇ ਖਿਆਲ ਇਹ ਵੀ ਆ ਤੁਸੀਂ ਜਿਵੇਂ ਕਿਹਾ ਵੀ ਜਿਹੜੀਆਂ ਜੌਬਸ ਅਨਟਾਰੀਓ ਤੋਂ ਬਾਹਰ ਜ਼ਿਆਦਾ ਨੇ ਸੋ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਮੇਰੇ ਖਿਆਲ ਜ਼ਰੂਰੀ ਨਹੀਂਗਾ ਵੀ ਤੁਸੀਂ ਅਨਟਾਰੀਓ ਦੇ ਵਿੱਚ ਸਟਕ ਹੋ ਕੇ ਬੈਠੇ ਰਹਿਣਾ ਜਿੱਥੇ ਤੁਹਾਨੂੰ ਜਿਹੜੀ ਅਪਰਚੂਨਿਟੀ ਮਿਲਦੀ ਹੈ ਉੱਥੇ ਜ਼ਰੂਰ ਅਵੇਲ ਕਰ ਲੈਣੀ ਚਾਹੀਦੀ ਹੈ 100% ਸਿਮਰਤ ਜੀ ਮੈਂ ਇਸ ਚੀਜ਼ ਦਾ ਬਿਲਕੁਲ ਸਟ੍ਰੇਟ ਫਾਰਵਰਡ ਲੈ ਕੇ ਨਾ ਕਿ ਭਾਈ go for the job ਬਿਲਕੁਲ ਆਪਣਾ ਕੰਫਰਟ ਜ਼ੋਨ ਛੱਡ ਦਿਓ ਆਪਣੀ ਪੀਆਰ ਵਾਸਤੇ ਫੋਕਸ ਰੱਖੋ ਤੁਸੀਂ ਵੀ ਮਿਹਨਤਾਂ ਕੀਤੀਆਂ ਤੁਹਾਡੇ ਮਾਪਿਓ ਨੇ ਉਸ ਤੋਂ ਵੀ ਜ਼ਿਆਦਾ ਮਿਹਨਤਾਂ ਕੀਤੀਆਂ ਤੁਹਾਨੂੰ ਇੱਥੇ ਭੇਜਣ ਵਾਸਤੇ ਤੇ ਕਈ ਸਰਫੇ ਕੱਟੇ ਹੈਗੇ ਨੇ ਸੋ ਗੋ ਫਾਰ ਦੋ ਜੋ ਇਵਨ ਸਮ ਸਿਮਰ ਜੀ ਸਾਡੇ ਕੋਲ ਟਰੱਕ ਡਰਾਈਵਰਸ ਦੀਆਂ ਓਪਨਿੰਗਸ ਆਊਟਸਾਈਡ ਜੀਟੀਏ ਐਂਡ ਇਨ ਨਿਊ ਬ੍ਰਾਂਸਵਿਕ ਹੈਗੀਆਂ ਸੋ ਜਿੰਨੇ ਵੀ ਟਰੱਕ ਡਰਾਈਵਰਸ ਵੀ ਸੁਣ ਰਹੇ ਹੋ ਜੇ ਤੁਹਾਡੇ ਲੁਕਿੰਗ ਫਾਰ ਜੋਬ ਇਨ ਟਰੱਕਿੰਗ ਤੇ ਆਈਸੀਸੀ ਇਮੀਗ੍ਰੇਸ਼ਨ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੇ ਕੋਲ ਏਜ਼ ਐਡ ਲਾਇਸੈਂਸ ਜ਼ਰੂਰ ਹੋਣਾ ਚਾਹੀਦਾ ਹੈਗਾ ਜੇ ਐਕਸਪੀਰੀਅੰਸ ਹੈਗਾ ਤੇ ਨਥਿੰਗ ਲਾਈਕ ਉਹ ਉਹ ਹੋਰ ਵੀ ਬੈਟਰ ਹੈਗਾ ਸਾਡੇ ਬਿਲਕੁਲ ਜੀ ਅੱਛਾ ਥੋੜੀ ਜੀ ਗੱਲ ਕਰਦੇ ਹਾਂ ਸਟੂਡੈਂਟਸ ਦੀ ਕਿਉਂਕਿ ਸਟੂਡੈਂਟਸ ਦਾ ਜਿਹੜਾ ਆ ਇਸ਼ੂ ਹੈ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਹੁਣ ਜਿਹੜੇ ਸਟੂਡੈਂਟਸ ਦੇ ਵਰਕ ਪਰਮਿਟ ਪੀਜੀ ਵਰਕ ਪਰਮਿਟ ਖਤਮ ਹੋ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਆਪਣੇ ਵੱਲੋਂ ਸਲਾਹ ਦੇਣੀ ਚਾਹੁੰਦੇ ਹੋ ਸਿਮਰਜੀਤ 2021 ਦੇ ਵਿੱਚ 2022 ਦੇ ਵਿੱਚ 2023 ਦੇ ਵਿੱਚ ਜਿੰਨੇ ਵੀ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸੀਗੇ ਉਹ ਸਾਰੇ ਨੂੰ 18-12 ਮਹੀਨੇ ਦੀ ਐਕਸਟੈਂਸ਼ਨਸ ਮਿਲ ਗਈਆਂ ਹੁਣ ਬਹੁਤ ਸਾਰੇ ਸਟੂਡੈਂਟਸ ਆ ਵੀ ਸੋਚ ਕੇ ਬੈਠੇ ਹੋਏ ਨੇ ਕਿ 24 ਦੇ ਵਿੱਚ ਵੀ ਸਾਨੂੰ ਐਕਸਟੈਂਸ਼ਨਸ ਮਿਲ ਜਾਣੀਆਂ ਹੈਗੀਆਂ 2024 ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਦਾ ਪੋਸਟ ਗ੍ਰੈਡ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਹੈ ਜਨੂਅਰੀ ਤੋਂ ਜੂਨ ਦੇ ਵਿੱਚ ਦੇ ਸ਼ੁੱਡ ਬੀ ਕਨਸਰਨਡ ਐਟ ਦਿਸ ਮੋਮੈਂਟ ਉਹਦਾ ਰੀਜ਼ਨ ਹੈ ਕਿ ਹਾਲੇ ਕੋਈ ਵੀ ਅਪਡੇਟ ਇਹਦੇ ਉੱਤੇ ਨਹੀਂ ਆਈ ਐਂਡ ਜਿਹੜਾ ਸਮਰਤ ਜੀ ਅੱਜ ਦੀ ਤਰੀਕ ਜਿਵੇਂ ਇਵਨ ਐਲਐਮਆਈ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ ਵੀ ਤਕਰੀਬਨ 45 ਆ 4.5 ਮਹੀਨਿਆਂ ਦੇ ਆਸ-ਪਾਸ ਚੱਲ ਰਿਹਾ ਹੈਗਾ ਬਿਕੋਜ਼ ਉਹਦਾ ਸਭ ਤੋਂ ਪਹਿਲਾਂ ਤਾਂ ਐਡਵਰਟਾਈਜ਼ਮੈਂਟ ਚਲਣੀ ਹੈਗੀ ਜੀ ਐਡਵਰਟਾਈਜ਼ਮੈਂਟ ਜਿਹੜੀ ਚਲਣੀ ਹੈਗੀ ਇਹ ਕੱਲੀ ਜੌਬ ਬੈਂਕ ਤੇ ਨਹੀਂ ਚਲਣੀ ਉਹ ਐਡਵਰਟਾਈਜ਼ਮੈਂਟ 4 ਹਫ਼ਤੇ ਚੱਲਣੀ ਹੈ ਕਈ ਵਾਰੀ ਜੌਬ ਬੈਂਕ ਦੇ ਵਿੱਚ ਕਾਉਂਟ ਅਕਾਊਂਟ ਕ੍ਰੀਏਟ ਕਰਨ ਨਾਲ ਉਸ ਤੇ ਵੀ ਤੁਹਾਨੂੰ ਹਫ਼ਤਾ 10 ਦਿਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ 50 ਦਿਨ ਤੋਂ ਲੈ ਕੇ 65 ਦਿਨ ਦਾ ਵਰਕਿੰਗ ਡੇਸ ਦਾ ਪ੍ਰੋਸੈਸਿੰਗ ਟਾਈਮ ਹੈਗਾ ਜਿਹੜਾ 3.5 ਤੋਂ 4 ਮਹੀਨੇ ਬਣ ਜਾਂਦੇ ਨੇ ਸੋ 3.5 ਤੋਂ 5 ਮਹੀਨੇ ਦਾ ਐਕਚੁਅਲ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਐਲਐਮਆ ਅਪਰੂਵ ਕਰਾਉਣ ਵਾਸਤੇ ਸੋ ਜੇ ਤੁਹਾਡਾ ਜਨਵਰੀ ਦੇ ਫਸਟ ਕੁਆਟਰ ਯਸ 2024 ਦੇ ਫਸਟ ਇਅਰ ਸੈਕੰਡ ਕੁਆਟਰ ਦੇ ਵਿੱਚ ਪੋਸਟ ਗ੍ਰੈਡ ਵਰਕ ਪਰ ਹੋਣੀ ਕੰਮ ਕਰਨਾ ਸ਼ੁਰੂ ਕਰੋ ਐਨ ਆਪਣੇ এমপ্লয়ারਜ਼ ਨੂੰ ਵੀ ਕਰੋ ਕਿ ਤੁਹਾਨੂੰ ਐਲ ਐਮ ਆਈਏ ਵਾਸਤੇ ਹੈਲਪ ਕਰਨ ਬਿਕੋਜ਼ ਉਹਦੇ ਦੋ ਐਡਵਾਂਟੇਜ ਹੈਗੇ ਨੇ ਇੱਕ ਤੇ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋਏਗਾ ਦੋ ਦੋ ਸਾਲਾਂ ਦੇ ਉਸ ਤੋਂ ਬਾਅਦ ਤੁਹਾਨੂੰ 50 ਐਡੀਸ਼ਨਲ ਪੁਆਇੰਟਸ ਮਿਲ ਜਾਣਗੇ ਜਿਹੜਾ ਤੁਹਾਨੂੰ ਪੀ ਆਰ ਦੇ ਹੋਰ ਨੇੜੇ ਲੈ ਜਾਣਗੇ ਸਿਮਰਤ ਜੀ ਇਸ ਟਾਈਮ ਐਕਸਪ੍ਰੈਸ ਤੇ ਡਰਾਸ ਜਿਹੜੇ ਹੈਗੇ ਨੇ ਥੱਲੇ ਆਨੇ ਸ਼ੁਰੂ ਹੋ ਗਏ ਨੇ 504 ਦਾ ਡਰਾਅ ਦੇਖਿਆ ਫਿਰ ਅਸੀਂ 500 ਦਾ ਡਰਾਅ ਦੇਖਿਆ ਇਸ ਵੀਕ ਦੇ ਵਿੱਚ ਸੋ ਹੁਣ ਡਰਾਸ ਥੱਲੇ ਆ ਰਹੇ ਨੇ ਸੋ ਉਹਦਾ ਐਡਵਾਂਟੇਜ ਲੈਣ ਵਾਸਤੇ ਕੋਈ ਵੀ ਹੈਲਪ ਚਾਹੀਦੀ ਏ ਤੁਹਾਨੂੰ ਕੋਈ ਇਨ ਲੁਕਿੰਗ ਫਾਰ ਸਟ੍ਰੇਟ ਫਾਰਵਰਡ ਐਡਵਾਈਸ ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਤੇ ਸਾਨੂੰ ਕਾਲ ਕਰੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ICC ਇਮੀਗ੍ਰੇਸ਼ਨ ਤੇ ਮੈਂ ਹੀ ਤੁਹਾਨੂੰ ਕੰਸਲਟ ਕਰਾਂ ਬਿਕੋਜ਼ ਸਟੂਡੈਂਟਸ ਮੈਂ ਸਮਝਦਾ ਕਿ ਯੂ ਨੀਡ ਅ ਵੈਰੀ ਵੈਰੀ ਕਲੈਰੀਫਾਈਡ ਐਡਵਾਈਸ ਤੇ ਉਹਦੇ ਵਾਸਤੇ ਮੈਂ ਕੋਸ਼ਿਸ਼ ਕਰਦਾ ਕਿ ਕਾਫੀ ਜ਼ਿਆਦਾ ਹੱਦ ਤੱਕ ਕਾਲਾਂ ਮੈਂ ਖੁਦ ਲੈਣਾ ਹੈਗਾ ਇੰਟਰਨੈਸ਼ਨਲ ਸਟੂਡੈਂਟ ਦੀਆਂ ਸੋ ਤੁਹਾਨੂੰ ਕੋਈ ਵੀ ਐਡਵਾਈਸ ਚਾਹੀਦੀ ਹੈ ਸਟ੍ਰੇਟ ਫਾਰਵਰਡ ਐਡਵਾਈਸ ਸੁਣਨ ਵਾਸਤੇ ਤਿਆਰ ਹੈਗੇ ਹੋ ਤੇ ਰੀਚ ਆਊਟ ਟੂ ਅਸ ਐਂਡ ਵੀ ਵਿਲ ਗਿਵ ਯੂ ਸਟ੍ਰੇਟ ਫਾਰਵਰਡ uh suggestions on that ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਆਈਮਿਗ੍ਰੇਸ਼ਨ ਗੁਰੂ ਤੇ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਮਨੋਦੱਤਾ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਅੱਛਾ ਮਨੋ ਜੀ ਜਾਣ ਤੋਂ ਪਹਿਲਾਂ ਹੋਰ ਕੋਈ ਜਿਹੜੀ ਚੀਜ਼ ਤੁਸੀਂ ਐਡ ਕਰਨੀ ਚਾਹਵੋ ਸਿਮਰਤ ਜੀ ਸਿਰਫ ਇੱਕੋ ਹੀ ਚੀਜ਼ ਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੇਂਜੇਸ ਬਹੁਤ ਸਾਰੀਆਂ ਡਿਵੈਲਪਮੈਂਟਸ ਚੱਲਦੀਆਂ ਰਹਿੰਦੀਆਂ ਹੈਗੀਆਂ ਐਂਡ ਇਫ ਯੂ ਵਾਂਟ ਅ ਸਟ੍ਰੇਟ ਫਾਰਵਰਡ ਐਡਵਾਈਸ ਉਹਨਾਂ ਨਾਲ ਡਿਸਕਸ ਕਰੋ ਐਂਡ ਗਲਤ ਚੀਜ਼ਾਂ ਤੋਂ ਦੂਰ ਹੋ ਜਾਓ ਜੇ ਪੇਰੋਲ ਦਾ ਕੰਮ ਕੋਈ ਕਾ ਤੁਹਾਨੂੰ ਸੁਜੈਸਟ ਕਰਦਾ ਐਬਸੋਲੂਟਲੀ ਸਟੇ ਅਵੇ ਫਰਮ ਇਟ ਬਿਕਾਜ਼ ਉਹ ਤੁਹਾਡੇ ਵਾਸਤੇ ਜ਼ਿਆਦਾ ਇਸ਼ੂ ਕ੍ਰੀਏਟ ਕਰ ਰਿਹਾ ਹੋਗਾ ਬਿਕਾਜ਼ ਜੇ ਰੈਡ ਫਲੈਗ ਹੁੰਦੇ ਹੋ ਉਹਨੇ ਤਾਂ ਹੱਥ ਜੋੜ ਕੇ ਸਾਈਡ ਤੇ ਹੋ ਜਾਣਾ ਕਿਉਂਕਿ ਉਹਦੇ ਕੋਲ ਲਾਇਸੈਂਸ ਲੂਸਨਸ ਕੋਈ ਨਹੀਂ ਹੈਗਾ ਤੇ ਤੁਸੀਂ ਉਹਨੂੰ ਫੜ ਵੀ ਨਹੀਂ ਸਕਦੇ ਸੋ ਕੈਨੇਡਾ ਦੇ ਵਿੱਚ ਇੱਕ ਚੀਜ਼ ਯਾਦ ਰ ਆਹ ਜਿਹੜੀ ਠੀਕ ਚੀਜ਼ਾਂ ਹੈਗੀਆਂ ਤੁਹਾਨੂੰ ਠੀਕ ਰਸਤੇ ਤੇ ਹੀ ਲੈ ਕੇ ਜਾਂਦੀਆਂ ਹੈਗੀਆਂ ਸੋ ਸਟ੍ਰੇਟ ਫਾਰਵਰਡ アドਵਾਈਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ICC ਇਮੀਗ੍ਰੇਸ਼ਨ ਟੀਮ ਨਾਲ ਕੰਟੈਕਟ ਕਰੋ ਇਮੀਗ੍ਰੇਸ਼ਨ ਦੀ ਕੋਈ ਵੀ ਡਵਾਈਸ ਚਾਹੀਦੀ ਏ ਕੋਈ ਵੀ ਇਸ਼ੂ ਹੈਗਾ ਕੋਈ ਵੀ ਰਿਫਿਊਜ਼ਲਸ ਹੈਗੀਆਂ ਸਾਨੂੰ 17 ਸਾਲ ਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆਵਾ ਹੈਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ ਨੰਬਰ ਟੂ ਰੀਚ ਅਸ ਇਸ 9054612424 WhatsApp ਨੰਬਰ ਹੈ 6478509000 ਐਂਡ ਈਮੇਲ ਆਈਡੀ ਹੈਗਾ infoinf@iccicimmigration.ca ਸੋ ਕੋਈ ਵੀ ਐਡਵਾਈਸ ਲੈਣੀ ਚਾਹੁੰਦੇ ਹੋ ਤੇ ਰੀਚ ਅਸਪੈਕਟ ਬਿਲਕੁਲ ਜੀ ਮਨੋਜੀ ਅੱਜ ਸਟੂਡੀਓ ਵਿੱਚ ਆਉਣ ਲਈ ਸਾਰੀ ਇਨਫੋਰਮੇਸ਼ਨ ਨਾਲ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਿਮਰ ਜੀ ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ ਅਗਲੇ ਹਫਤੇ ਫਿਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਨਾਲ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ